दस्ताने पाए करके भी हाथ सन ना जो वर्क करते दसो कि पता भी अपनी बख्शा मैं नंबर कदों आ रहा कदों फोन जाएगा ਉਦੋਂ ਇਹ ਚੀਜ਼ ਜਿਹੜੀ ਉਹਨਾਂ ਨੂੰ ਫੋਨ 'ਤੇ ਮਿਲੂਗੀ ਵੀਡੀਓ ਵੀ ਸਪੈਸ਼ਲ ਪਾਵਾਂਗੇ ਵੀ ਕਿਹੜੇ ਕਿਹੜੇ ਭਰਾ ਦਾ ਇੱਥੇ ਨੰਬਰ ਲੱਗ ਚੁੱਕਾ ਵਾ ਕਿਹੜੇ ਕਿਹੜੇ ਦਾ ਕਹਿੰਦਾ ਵੀ ਜਿਹੜੇ ਇੱਥੇ ਆ ਕੇ ਕਾਪੀ 'ਤੇ ਲਿਖਾ ਗਏ ਉਹਨਾਂ ਦਾ ਨੰਬਰ ਲੱਗ ਚੁੱਕਾ ਉਹ ਲਿਸਟਾਂ ਆਪਾਂ ਕੱਢ ਦੇਣੀਆਂ ਵਾ ਕੱਲ੍ਹ ਕੰਮ ਵਾਰੀ ਸਰ ਆ ਪਰ ਉਹ ਲਿਸਟਾਂ ਤੋਂ ਪਤਾ ਲੱਗ ਜਾਂਦਾ ਵੀ ਹੁਣ ਸਾਡੀ ਵਾਰੀ ਹੁਣ ਸਾਡੀ ਵਾਰੀ ਹਾਲੈਂਡ ਦੀਆਂ ਵੱਖਰੀਆਂ ਕੱਢਾਂਗੇ ਜੌਂਡੀਅਰ ਦੀਆਂ ਵੱਖਰੀਆਂ ਅਰਜਨ ਦੀਆਂ ਵੱਖਰੀਆਂ ਬਾਕੀ ਟਰੈਕਟਰ ਸੋਨਾ ਸਵਰਾਜ ਦੀਆਂ ਵੱਖਰੀਆਂ ਮੈਂ ਨਾ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਾਫੀ ਫੋਨ ਆਉਂਦੇ ਆ ਵੀ ਆਪਣੇ ਭਰਾ ਕਰਕੇ ਅਤੇ ਮੈਂ ਸਾਰਿਆਂ ਨੂੰ ਦੱਸਦਾ ਹੁੰਦਾ ਵੀ ਮੈਂ ਵਾਰੀ ਸਿਰ ਕੰਮ ਹੋਣਾ ਵਾ ਵੀ ਸੀਟ ਜਿੱਦਾਂ ਜਿੱਦਾਂ ਬੁਕਿੰਗ ਹੋਈ ਆ ਬੰਦਿਆਂ ਦੀ ਅਤੇ ਅਸੀਂ ਨਹੀਂ ਕਿਸੇ ਨੂੰ ਵੀ ਛੱਡ ਸਕਦੇ ਹਰ ਬੰਦਾ ਕਾਹਲਾ ਯਾਰ ਬੰਦੇ ਦਾ ਦਿਲ ਕਰਦਾ ਮੇਰਾ ਕੰਮ ਬਸੇ ਦਾ ਕਾਪੀ ਆ ਕੇ ਕੋਈ ਵੀ ਚੈੱਕ ਕਰ ਸਕਦਾ ਭਰਾ ਸਾਰੇ ਟਾਈਟਲ ਨੰਬਰ ਵਾਈਜ਼ ਫੋਨ ਆ ਗਿਆ ਔਰ ਵੀਡੀਓ 'ਚੋਂ ਭਰਾ ਦੱਸਣਗੇ ਨਹੀਂ ਵੀ ਇਹ ਕਿੰਨਾ ਕਿੰਨਾ ਟਾਈਮ ਦੇ ਟਾਈਟ ਇੱਕ ਇੱਕ ਤਾਂ ਇੱਦਾਂ ਦੇ ਟਾਈਟਲ ਵੀ ਹੈਗੇ ਆ ਜਿਹੜੇ ਭਰਾ ਮੇਰੇ ਕੋਲ ਡੇਢ ਦੋ ਸੌ ਕਿਲੋਮੀਟਰ ਤੋਂ ਤਿੰਨ ਤਿੰਨ ਚਾਰ ਚਾਰ ਵਾਰੀ ਆ ਵੀ ਗਏ ਆ ਕਿਉਂਕਿ ਮੈਂ ਫੋਨ ਨਹੀਂ ਚੁੱਕਦਾ ਇਹ ਨਹੀਂ ਹੈਗਾ ਕਿ ਮੈਂ ਫੋਨ ਨਹੀਂ ਚੁੱਕਦਾ ਕਿ ਮੇਰੇ 'ਚ ਆਕੜ ਵਾ ਮੈਂ ਜਾਣ ਬੁੱਝ ਕੇ ਨਹੀਂ ਨਹੀਂ ਮਜਬੂਰੀ ਹੈ ਮਜਬੂਰੀ ਮੇਰੀ ਇਹ ਭਾਅ ਜੀ ਵੀ ਮੈਂ ਵਰਕ ਕਰ ਰਿਹਾ ਨੰਬਰ ਵਾਈਜ਼ ਫੋਨ ਕੀਤੇ ਆ ਮੰਨ ਲਓ ਜੇ ਕਿਸੇ ਦੀ ਵਾਰੀ ਹੈ ਦੋਵਾਂ ਮਹੀਨਿਆਂ ਨੂੰ ਆ ਉਹ ਵਾਰ ਵਾਰ ਫੋਨ ਕਰੀ ਜਾਂਦਾ ਸਿਫਾਰਸ਼ ਦੀ ਗੱਲ ਨਹੀਂ ਉਹ ਫੋਨ ਕਰੀ ਜਾਂਦਾ ਵਾਰ ਵਾਰ ਉਹ ਆਪਾਂ ਨੂੰ ਪਜਲ ਹੁੰਦਾ ਵੀ ਅਜੇ ਟੈਂਟ 'ਤੇ ਲੱਗੇ ਆ ਅਤੇ ਆਪਾਂ ਫੋਨ ਚੁੱਕ ਕੇ ਕੀ ਜਵਾਬ ਦੇਵਾਂਗੇ ਇਹਨੂੰ ਇਹ ਕਰਕੇ ਜਿੰਨੇ ਵੀ ਕਿਸਾਨ ਭਰਾ ਕਾਪੀ 'ਤੇ ਬੁਕਿੰਗ ਕਰਾ ਕੇ ਗਏ ਆ ਜਿੰਨਾ ਕਿਸਾਨ ਭਰਾਵਾਂ ਨੇ ਇੱਥੇ ਸਾਨੂੰ ਕੰਮ ਲਿਖਾਇਆ ਵਾ ਉਹਨਾਂ ਦਾ ਕੰਮ ਨੰਬਰ ਵਾਈਜ਼ ਹੋਵੇਗਾ ਇਹ ਚੀਜ਼ ਦੀ ਗਰੰਟੀ ਆ ਵੀ ਹੋਵੇਗਾ ਅਤੇ ਬਹੁਤ ਵਧੀਆ ਤਰੀਕੇ ਨਾਲ ਹੋਵੇਗਾ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਵੇਗੀ ਐਟ ਟਾਈਮ ਵੀ ਭਾਅ ਜੀ ਆਪਣੇ ਕੋਈ ਜ਼ਿਆਦਾ ਰਿਪਲੇਸਮੈਂਟ ਨਹੀਂ ਹੈਗੀ ਮੇਰੇ ਸਾਹਮਣੇ ਇੱਕ ਸਵਰਾਜ 855 ਟੈਕਟਰ ਸੀ ਜਿਹੜਾ ਕਿ ਥੋੜ੍ਹਾ ਆ ਗਿਆ ਕਹਿੰਦੇ ਵੀ ਹੀਟ ਲੈ ਰਿਹਾ ਇੱਕ ਵੀ ਟੈਕਟਰ ਹੋਰ ਆ ਗਿਆ ਕੋਈ ਰਿਪਲੇਸਮੈਂਟ ਨਹੀਂ ਹੈਗੀ ਟੈਕਟਰ ਦੀ ਜਿੰਨੇ ਰੀਪਰ 'ਤੇ ਚੱਲੇ ਵੀਡੀਓ ਵੇਖੀਆਂ ਹਜੇ ਜਿੰਨੀਆਂ ਵੀਡੀਓ ਅਪਲੋਡ ਹੋਈਆਂ ਵਾ ਨਾ ਉਹ ਮੈਂ ਆਪਣੇ ਚੈਨਲ 'ਤੇ ਨਹੀਂ ਪਾ ਸਕਦਾ ਜਿਨ੍ਹਾਂ ਨੇ ਭਰਾਵਾਂ ਨੇ ਮੈਨੂੰ ਭਰਾਵਾਂ ਭੇਜੀਆਂ ਟੈਕਟਰ ਵੀ ਅਸੀਂ ਟੈਕਟਰ 'ਤੇ ਇੱਕੋ ਕਿਰਾਇਆ ਦੇਖਾਂ ਟੈਕਟਰ ਚੱਲ ਰਿਹਾ ਇੰਨਾ ਤੇਲ ਘੱਟ ਖਾ ਰਿਹਾ ਇੱਕ ਸਵਰਾਜ ਟੈਕਟਰ ਹੀ ਸਿਰਫ ਹਰਿਆਣੇ ਦਾ ਮੇਰੇ ਭਰਾ ਦਾ ਉਹਨੇ ਥੋੜ੍ਹੀ ਜਿਹੀ ਹੀਟ ਲਈ ਟੈਕਟਰ ਨੇ ਅਤੇ ਫਿਰ ਉਹਨੂੰ ਮੈਂ ਸਲਿਊਸ਼ਨ ਦੱਸਿਆ ਫਿਰ ਉਹ ਸਲਿਊਸ਼ਨ ਕੀਤਾ ਤਾਂ ਉਹ ਟੈਕਟਰ ਚੱਲ ਰਿਹਾ ਅਤੇ ਨਹੀਂ ਤਾਂ ਕੋਈ ਰਿਪਲੇਸਮੈਂਟ ਨਹੀਂ ਹੈ ਕਿਉਂਕਿ ਕੰਮ ਖਾਲੀ ਨਾ ਕਰਾਂਗੇ ਨਾ ਅਤੇ ਫਿਰ ਆਪਾਂ ਨੂੰ ਥੋੜ੍ਹੀ ਜਿਹੀ ਦਿੱਕਤ ਆਵੇਗੀ ਕੋਈ ਅਰਜਨ ਟੈਕਟਰ
कोई हॉलैंड कोई स्वराज कोई किसान भरा कमेंट कर सकता वा हेटर जरूर कमेंट कर सकते बड़ तड़के फलाने का इदा हो गया ढीगड़े का इदा हो गया है ना तो सू खुशी है भी तेजे को बड़ा कुछ सीखने मिलता है जो तुम कमेंट कर दो पैसे तो अपना टाइम वेस्ट करके ठीक है तो वो चीज़ का असर साढ़े से पुठा ही होता सीधा नहीं हूँ मैं तो बड़ा मजा आता जो कमेंट करता ना पूरी सोच पड़ी सोच का मालिक पता ਜਿਹੜੇ ਖੁਦ ਕਰਨ ਜੋਗੇ ਨਹੀਂ ਨਾ ਤੇ ਦੂਜੇ ਦੀਆਂ ਵੀਡੀਓ ਤੇ ਕਮੈਂਟ ਕਰਦੇ ਉਹ ਹੀ ਕਰਦੇ ਕੀ ਉਹ ਕਿਸਾਨ ਭਰਾ ਕਮੈਂਟ ਕਰੇ ਸਾਨੂੰ WhatsApp ਤੇ ਜੇ ਕਿਸੇ ਨੂੰ ਦਿੱਕਤ ਆਈ ਤਾਂ ਯਾਰ ਆਪਾਂ ਬੈਠੇ ਆ ਆਪਾਂ ਪੈਸੇ ਲਏ ਆ ਉਹ ਚੀਜ਼ ਦਾ ਮਸਲਾ ਹੱਲ ਵੀ ਕਰਾਂਗੇ ਸਹੀ ਗੱਲ ਜੇ ਕਿ ਪਹਿਲੀ ਗੱਲ ਤੇ 101% ਕੋਈ ਦਿੱਕਤ ਨਹੀਂ ਕੋਈ ਨੌਬਤ ਨਹੀਂ ਬਾਕੀ ਮੈਂ ਰੱਬ ਤੇ ਹੈ ਨਹੀਂ ਠੀਕ ਹੈ ਨਾ ਭਾਜੀ ਅਗਰ ਡਾਕਟਰ ਵੀ ਜਿੱਦਾਂ ਜੱਗੇ ਵੀ ਤੀ ਨਾ ਲੱਤ ਖਰਾਬ ਹੋ ਗਈ ਫ੍ਰੈਕਚਰ ਹੋ ਗਈ ਕੁਛ ਪਲੇਟਾਂ ਪਾਤੀਆਂ ਜੱਗਾ ਮਾਲ ਬਲੋਕ ਜਿਹੜੇ ਆ ਰੋਪੜ ਏਰੀਏ ਦਾ ਮਾਲਾ ਪਿੰਡ ਦਾ ਜਿਹਨਾਂ ਦਾ ਟ੍ਰੈਕਟਰ ਕਰਕੇ ਲਾ ਦਿਓ ਪਤਾ ਤੁਹਾਨੂੰ ਹਾਂਜੀ ਉਹ ਜੱਗੇ ਵੀਰ ਦੀ ਲੱਤ ਨੂੰ ਘੱਟੋ ਘੱਟ ਵੀ ਤੇ 2-3 ਵਾਰ ਅਪਰੇਟ ਕਰਨਾ ਪਿਆ ਹੁੰਦਾ ਜੀ ਇਹ ਨਹੀਂ ਹੈਗਾ ਕਿ ਮਿਸਤਰੀ ਜਾਂ ਡਾਕਟਰ ਜਾਂ ਵਕੀਲ ਕੋਈ ਗਲਤੀ ਹੋ ਨਹੀਂ ਸਕਦੀ ਮਤਲਬ ਗਲਤੀ ਨਹੀਂ ਦੀ ਕਈ ਯਾਰ ਉਹ ਡਿਫੈਕਟ ਹੀ ਇੱਦਾਂ ਦਾ ਆ ਜਾਂਦਾ ਵੀ ਜਿਹੜਾ ਬੰਦੇ ਦਾ ਥੋੜ੍ਹਾ ਚੋਰ ਲੱਗਦਾ ਹਾਂਜੀ ਇਹ ਗੱਲ ਬਾਕੀ ਪਰਮਾਤਮਾ ਤੋਂ ਉੱਤੇ ਕੁਛ ਹੈ ਨਹੀਂ ਜੋ ਕਰਨਾ ਪਰਮਾਤਮਾ ਨੇ ਅਸੀਂ ਖੁਦੇ ਗੱਲ ਕਹਿੰਦੇ ਹਾਂ ਪਰਮਾਤਮਾ ਕੱਲ੍ਹ ਸਾਡਾ ਦਿਮਾਗ ਖਰਾਬ ਕਰ ਦਿੰਦਾ ਆਪਾਂ ਕਹਿ ਲੋ ਕਿਸੇ ਨੂੰ ਜੇ ਦੇਣ ਵਾ ਉਹ ਪਰਮਾਤਮਾ ਦੀ ਦੇਣ ਆ ਜੀ ਅਸੀਂ ਤੇ ਸਾਨੂੰ ਤੁਸੀਂ ਸਾਰੇ ਭਰਾ ਜਿਸ ਤਰੀਕੇ ਨਾਲ ਕਮੈਂਟਾਂ 'ਚ ਲਾ ਲਓ ਮਤਲਬ ਕੀ ਕਹਿ ਸਕਦੇ ਵੀ ਹਾਈ ਲੈਵਲ 'ਤੇ ਗਿਣਦੇ ਜੇ ਵੀ ਸਾਡੀਆਂ ਜਿਹੜੀਆਂ ਮੋਟੀਵੇਸ਼ਨ ਆ ਕਾਫੀ ਹਾਈ ਲੈਵਲ 'ਤੇ ਬਿਲਕੁਲ ਬਿਨਾਂ ਨੁਕਸਾਨ ਡੀਜ਼ਲ ਖਰਚਾ ਘਟਾ ਕੇ ਜਦ ਕਿ ਸੰਤੁਸ਼ਟ ਕਰਦਾ ਕਿਸਾਨ ਭਰਾ ਡੁੱਬਦਾ ਵੀ ਗੋਤੇ ਵੀ ਉਹ ਖਾਂਦਾ ਜਿਹੜਾ ਪਾਣੀ ਚ ਛਾਲ ਮਾਰਦਾ ਜਿਹੜਾ ਨਹਿਰ ਦੇ ਕਿਨਾਰੇ ਬਹਿ ਕੇ ਵੇਖਣ ਡਿਆ ਉਹਦੇ ਤੇ ਮੂੰਹ ਪਾਣੀ ਵੀ ਨਹੀਂ ਲੱਗਣਾ ਬਾਕੀ ਸਾਰੇ ਕਿਸਾਨ ਭਰਾ ਜਿੰਨੇ ਵੀ ਸਾਡੇ ਕੋਲ ਮੋਡੀਫਾਈ ਟਰੈਕਟਰ ਹੋ ਕੇ ਗਏ ਆ ਉਹਨਾਂ ਨੇ ਸਾਨੂੰ ਪੈਸੇ ਦਿੱਤੇ ਆ ਵੇਖੋ ਪੈਸੇ ਜਿਹੜੇ ਉਹ ਪੱਤੇ ਨਹੀਂ ਹੈਗੇ ਵੀ ਰੁੱਖ ਨੂੰ ਤੋੜ ਕੇ ਦਿੱਤੇ ਆ ਕਮਾਈ ਕਰਨੀ ਅੱਜ ਦੀ ਡੇਟ 'ਚ ਬੜੀ ਔਖੀ ਆ ਹੈ ਨਾ ਕਿਉਂਕਿ ਫਸਲ ਵੀ ਤੁਹਾਨੂੰ ਪਤਾ ਹੀ ਆ ਇੱਕ ਕਿਸਮ ਦਾ ਜੂਏ ਵਾਲਾ ਕੰਮ ਹੋਇਆ ਪਿਆ ਵਾ ਪਤਾ ਨਹੀਂ ਵੱਧ ਨਿਕਲਣੀ ਘੱਟ ਨਿਕਲਣੀ ਮੌਸਮ ਵੀ ਇੱਦਾਂ ਕਰਨ ਡਿਆ ਹੈ ਨਾ ਅਤੇ ਆਪਾਂ ਇਹ ਨਹੀਂ ਹੈਗਾ ਕਿ ਆਪਾਂ ਪੈਸੇ ਲੈ ਲਏ ਆ ਮੁੜ ਕੇ ਬਾਤ ਨਹੀਂ ਪੁੱਛਣ ਡੇ ਹਾਂ ਥੋੜ੍ਹਾ ਲੇਟ ਹੋ ਸਕਦਾ ਜੇ ਟਿਕਟ ਦੇ ਵਿੱਚ ਥੋੜ੍ਹਾ ਬਹੁਤੀ ਮਿਸਟੇਕ ਠੀਕ ਆ ਜਿੱਦਾਂ ਕਹਿ ਸਕਦੇ ਕਿਤੋਂ ਮਾੜਾ ਮੋਟਾ ਸਿਮਣ ਡਿਆ ਮਾੜਾ ਮੋਟਾ ਟਿਕਟਰ ਲੀਕ ਆ ਨੋਰਮਲ ਕਿਤੇ ਧੂੰਆਂ ਮਾਰ ਰਿਹਾ ਜਾਂ ਨੋਰਮਲ ਡੀਜ਼ਲ ਘੱਟ ਲੈ ਰਿਹਾ ਜਾਂ ਵੱਧ ਲੈ ਰਿਹਾ ਜਾਂ ਵੀ ਨਿੱਕੀ ਮੋਟੀ ਪ੍ਰੋਬਲਮ ਹਾਂ ਟਿਕਟਰ ਖੜ ਗਿਆ ਵਾ ਸਾਰਾ ਕੰਮ ਛੱਡ ਕੇ ਉਸੇ ਵੇਲੇ ਜਾਵਾਂਗੇ ਅਗਰ ਟਿਕਟਰ ਖੜ ਗਿਆ ਸਟਾਰਟ ਨਹੀਂ ਆ ਕੰਮ ਰੁਕ ਗਿਆ ਉਸੇ ਵੇਲੇ ਜਾਵਾਂਗੇ ਸਾਡੀ ਟੀਮ ਪੂਰੀ ਉਸੇ ਵੇਲੇ ਜਾਊਗੀ ਇਹਦੀ ਚੀਜ਼ ਨਾਲ ਬਾਕੀ ਜੇ ਥੋੜ੍ਹੀ ਦਿੱਕਤ ਆ ਵਾ ਟਿਕਟਰ 'ਚ ਨਿੱਕੀ ਮੋਟੀ ਪ੍ਰੋਬਲਮ ਆ ਉਹ ਫਿਰ ਬੰਦੇ ਨੂੰ ਥੋੜ੍ਹਾ ਉਹ ਫਿਰ ਟਾਈਮ ਵਾਈਜ਼ ਕੰਮ ਕਰੀਦਾ ਜਿਵੇਂ ਜਿਵੇਂ ਉਹਦਾ ਨੰਬਰ ਆਉਂਦਾ ਕੋਈ ਨਹੀਂ ਭਾਈ ਤੁਹਾਡੇ ਕੋਲ 15 ਦਿਨਾਂ ਨੂੰ ਆਉਂਦੇ 5 ਦਿਨਾਂ ਨੂੰ ਆਉਂਦੇ ਜਾਂ 10 ਦਿਨਾਂ ਨੂੰ ਆਉਂਦੇ ਇੱਦਾਂ ਵਾ ਆਵਾਂਗੇ ਜ਼ਰੂਰ ਸਾਨੂੰ ਭਾਵੇਂ ਪੰਪ ਦਾ ਸਮਾਨ ਚੇਂਜ ਕਰਨਾ ਪਵੇ ਜੇ ਕੋਈ ਦਿੱਕਤ ਆਈ ਕਿਸਾਨ ਭਰਾ ਕਰਕੇ ਵੀ ਅਸੀਂ ਤਾਂ ਵੀ ਕਰਾਂਗੇ ਹੈ ਨਾ ਬਾਕੀ ਸੇਫਟੀ ਰੱਖਣਾ ਸਾਡਾ ਫਰਜ਼ ਆ ਮੇਰੇ ਮੇਰੇ ਹਿਸਾਬ ਨਾਲ ਆਪਾਂ ਜੇ ਇਹੋ ਗੱਲਬਾਤ ਰਾਬਤਾ ਕਰਦੇ ਹਾਂ ਕਿ ਆਪਾਂ ਨੂੰ ਮਹੀਨੇ ਬਾਅਦ ਟੈਂਕੀ ਟੀ ਜ਼ਰੂਰ ਸਾਫ਼ ਕਰਨੀ ਚਾਹੀਦੀ ਦੂਸਰੀ ਗੱਲ ਏਅਰ ਕਲੀਨਰ ਦਾ ਫਿਲਟਰ ਜਿਹੜਾ ਵਾ ਸਲੰਸਰ ਗਾੜੀ ਕਰਕੇ ਸਾਫ਼ ਨਹੀਂ ਕਰਨਾ ਚਾਹੀਦਾ ਪਾੜਨਾ ਜਾਵੇ ਉਹਦੇ ਨਾਲ ਘੱਟਾ ਖਿੱਚ ਜੂਗਾ ਠੀਕ ਆ ਇਹੋ ਜਿਹੀਆਂ ਦਿੱਕਤਾਂ ਵਾ ਗੱਲ ਕੋਈ ਨਹੀਂ ਹੈਗੀ ਅਗਰ ਕਿਸੇ ਵੀ ਟਰੈਕਟਰ ਦੀ ਮੋਡੀਫਾਈ ਕਰਨ ਤੋਂ ਬਾਅਦ ਖਿਚਾਈ ਘੱਟਦੀ ਆ ਪਹਿਲਾ ਸਟੈਪ ਸਾਡਾ ਇਹੋ ਹੀ ਆ ਵੀ ਟੈਂਕੀ ਟੀ ਸਾਫ਼ ਕਰੋ ਡੀਜ਼ਲ ਫਿਲਟਰ ਨਵੇਂ ਪਾ ਦਿਓ ਟਰੈਕਟਰ ਪ੍ਰੋਪਰ ਗਰੰਟੀ ਆ ਵੀ ਉੱਥੇ ਫਿਰ ਆਵੇ ਜੇ ਏਅਰ ਕਲੀਨਰ ਦਾ ਫਿਲਟਰ ਦੇਸੀ ਪੈ ਗਿਆ ਤਾਂ ਵੀ ਖਿਚਾਈ ਪ੍ਰੋਪਰ ਨਹੀਂ ਹੋਣੀ ਇਹ ਗੱਲਾਂ ਬਾਤਾਂ ਵਾ ਵਧੀਆ ਲੱਗਾ ਤੁਸੀਂ ਐਂ ਜਾਇਜ਼ ਆਪਾਂ ਗੱਲਾਂ ਵੀ ਕੀਤੀਆਂ ਬਾਕੀ ਨੰਬਰ ਵਾਈਜ਼ ਭਾਈ ਕੰਮ ਕਰਾਂਗੇ ਬੋਰਡ ਲੱਗ ਚੁੱਕਾ ਹੈ ਇਹਨੂੰ ਨੋਟਿਸ ਬੋਰਡ ਕਹਿ ਸਕਦੇ ਆਪਾਂ ਅਤੇ ਬਾਕੀ ਅੰਦਰ ਦੀ ਲੁੱਕ ਤਾਂ ਚੇਂਜ ਕੀਤੀ ਆਪਾਂ ਵੇਖਿਆ ਅਤੇ ਅੰਦਰ ਏ ਸੀ ਲੱਗੇ ਆ ਇਹ ਨਹੀਂ ਹੈਗਾ ਗਰਮੀਆਂ 'ਚ ਵਰਕ ਨਹੀਂ ਹੋਵੇਗਾ ਕੱਲ੍ਹ ਤੋਂ ਸਟਾਰਟ ਕਰ ਦਾਂਗੇ ਉੱਧਰ ਟਿਕਟ ਤਾਂ ਫਿਰ ਮਾਂ ਜਾ ਕੇ ਲਾ ਦਾਂਗੇ ਹੈ ਨਾ ਉਹਨਾਂ ਵਰਕ ਜ਼ਿਆਦਾ ਹੋਵੇਗਾ ਅਤੇ ਬਾਕੀ ਚਲੋ ਜੀ ਲੈ ਮੈਂ ਤਾਂ ਅੱਗੇ ਭਾਅ ਜੀ ਇੱਕ ਗੱਲ ਕਹਿਣੀ ਚਾਹੁੰਦਾ ਹਾਂਜੀ ਜਿਹੜੇ ਹੀਟਰ ਨੇ ਨਾ ਹਾਂਜੀ ਇਹ ਚੱਲੀ ਜਾਣੇ ਆ ਸਾਡੇ ਨਾਲ ਕਿਉਂਕਿ ਇਹਨਾਂ ਨੇ ਸਾਡੀ ਤੇ ਨਿਗਾਹ ਰੱਖੀ ਆ ਅੱਖੀ ਟਿਕਾਈ ਆ ਭਾਜੀ ਇਹਨਾਂ ਕੋ ਟਾਈਮ ਬਹੁਤ ਕੋਈ ਇਹਨਾਂ ਕੋ ਬਹੁਤ ਟਾਈਮ ਆ ਜੀ ਸਹੀ ਗੱਲ ਹੈ ਬਾਕੀ ਕਿਹੋ ਕੋ ਮੈਂ ਨੇ ਤਾਂ ਵੀਡੀਓ ਵੇਖੀ ਕਹਿੰਦਾ ਕੰਮ ਕੀ ਕਰਦਾ ਆਂਦਾ ਵਿਹਲੇ ਰਹੀਦਾ ਆਂਦਾ ਕੰਮ ਚੰਗਾ ਹੀ ਛੱਡਿਆ ਨਾ ਮੈਂ ਓਏ ਜੀ
ਮੈਨੂੰ ਪਤਾ ਪਹਿਲਾਂ ਵੀ ਸਾਡਾ ਜਿਹੜਾ ਬੌਸ ਹੈ ਪਰਵਾਹ ਨਹੀਂ ਕਰਦਾ ਇਹ ਗੱਲ ਦੀ, ਪਰ ਜਿਹੜੇ ਲੋਕ ਹੁੰਦੇ ਨੇ ਲੋਕਾਂ ਨੇ ਕਦੀ ਵੀ ਬੌਸ ਤੁਹਾਡੇ ਚੈਨਲ ਦਾ ਨਾਮ ਉਹ ਤੁਸੀਂ ਗਰਮੀਤ ਭਾਈ ਨੇ ਰੱਖਿਆ ਨਾ, ਕਿੰਨੀ ਬੈਚ ਚੱਲਦੀ ਸੀ ਯਾਰ, ਰੱਖਣਾ ਰੱਖਣਾ ਇਹ ਵੀ ਨਾ ਹਰਮੀਤ ਭਾਈ ਨੇ ਤੇ ਸੁਖਮਨ ਭਾਜੀ ਕਹਿੰਦੇ ਪੀ ਜੀ ਆਈ ਰੱਖਣਾ ਤੇ ਭਾਈ ਜੀ ਕਹਿੰਦੇ ਹਰਮੀਤ ਭਾਜੀ ਬੌਸ। ਮੈਂ ਪੀ ਜੀ ਆਈ ਇਸ ਕਰਕੇ ਕਹਿੰਦਾ ਹਾਂ ਵੀ ਸਾਰੇ ਪੀ ਜੀ ਆਈ ਇਹ ਹੈ ਹੀ ਪੀ ਜੀ ਆਈ, ਸਹੀ ਗੱਲ ਹੈ, ਪਰ ਇਹ ਜੱਗਾ ਹੀ ਬੜਾ ਵੀ ਜੱਗਾ ਬੌਸ ਸਾਡਾ ਬੜਾ ਵਧੀਆ ਲੱਗਦਾ। ਮੇਰਾ ਮਕਸਦ ਮੇਰਾ ਮੇਰਾ ਨਾਂ ਕੱਲਾ ਜੱਗਾ ਹੀ ਹੈ, ਚੈਨਲ ਦਾ ਨਾਮ ਬੌਸ ਆ। ਮੈਂ ਚਾਹੁੰਦਾ ਪਹਿਲਾਂ ਵੀ ਮਤਲਬ ਆਪਾਂ ਟਰੈਕਟਰ ਦਾ ਵਰਕ ਕਰਾਇਆ ਭਰਾ ਹਨਾ, ਸਾਡੇ ਸਾਡੇ ਨਾਲ ਬਹੁਤ ਜ਼ਿਆਦਾ ਪਿਆਰ ਹੈ, ਸਾਨੂੰ ਕਦੇ ਬਿਜਲੀ ਨਹੀਂ ਹੋਇਆ ਵੀ ਉਹਦੇ 'ਚ 19 ਵੀ ਰਹਿ ਗਈ ਆ ਤਾਂ ਹੀ ਪੀ ਜੀ ਆਈ। ਮੈਂ ਕਹਿੰਦਾ ਪੀ ਜੀ ਰੱਖ ਦਈਏ ਅਤੇ ਮੁੜ ਕੇ ਚਲੋ ਰਲ ਮਿਲ ਕੇ ਮੈਨੂੰ ਵੀ ਵਧੀਆ ਲੱਗਿਆ ਵੀ ਰੱਖਿਆ। ਹੋਲੈਂਡ ਹਰਿਆਣਾ ਜ਼ਿਲ੍ਹਾ ਕੈਂਥਲ ਪਿੰਡ ਨਰੋਲੀ 2021 ਮਾਡਲ 6510 ਟਰੈਕਟਰ ਦੀ ਮੋਡੀਫਿਕੇਸ਼ਨ। ਹਾਂ ਲਓ ਲਓ, ਇਹਨਾਂ ਨੇ ਥੋੜਾ ਮਟਾ ਦਿੱਤਾ ਹੋਇਆ ਵਾ ਤੇ ਇਹ 4x4 36 ਆ, ਇਹ 21 ਮਾਈਲ ਟਰੈਕਟਰ ਸ਼ਾਇਦ 20 ਆ ਕਿ 21 ਆ। ਇਹ ਪਿੰਡ ਹੈਗਾ ਸਾਲੂਵਾਲ ਨਾਭਾ ਪਟਿਆਲਾ। ਓਕੇ ਹਾਂਜੀ, 4x4 ਡਰਾਈਵ ਆ, ਇਹ ਸਪੈਸ਼ਲ ਐਡੀਸ਼ਨ ਤੇ ਨਹੀਂ ਹੁੰਦਾ ਤੁਹਾਨੂੰ ਪਤਾ ਹੀ ਆ, ਜਿਹੜਾ ਆਪਾਂ ਟਰੈਕਟਰ ਆਪਣੇ ਕੋਲ ਸੱਚੇ ਹੋਈ ਆ ਆਪਣੇ ਕੋਲ, ਆਪਣੇ ਕੋਲ 2x ਆ, ਇਹ 4x ਆ। ਠੀਕ ਹੈ ਜੀ, ਠੀਕ ਹੈ। ਹਾਂਜੀ, ਇਹਨੂੰ ਹੋਲੈਂਡ ਨੂੰ ਅਸਲ 'ਚ ਪਲੱਸ ਬੋਲਦੇ ਆ, PX ਪਲੱਸ। ਇਹ ਪਿੰਡ ਹੈਗਾ ਮੱਲੇਵਾਲ ਨਾਭਾ ਪਟਿਆਲਾ 2018 ਮਾਡਲ ਸਪੈਸ਼ਲ ਐਡੀਸ਼ਨ। ਇਹਦੀ ਮੋਡੀਫਿਕੇਸ਼ਨ ਹੋ ਗਏ ਭਾਅ ਜੀ, ਛੂਆਂ ਹੀ ਕੱਸਣ ਵਾਲੀਆਂ, ਬਸ ਕੱਸੀ ਜਾ ਰਹੇ ਹਾਂ। ਇਹ 7500 ਵੀ ਤਿਆਰ ਆ, ਸਵੇਰੇ ਦੀ ਟਰਾਈ ਲਵਾਂਗੇ ਆਪਾਂ। ਠੀਕ ਆ, ਇਹ ਪਿੰਡ ਹੈਗਾ ਤਲਵੰਡੀ ਭੀਲਾ ਕਰਤਾਰਪੁਰ ਜਲੰਧਰ 17 ਮਾਡਲ ਆ, 7500 ਭਾਅ ਜੀ। ਇਹ ਵੀ ਮੋਡੀਫਾਈ ਹੋ ਚੁੱਕਾ, ਘੱਟੇ ਮਿੱਟੀ ਦਾ ਨਾਲ ਹੀ ਵੇਖੋ 400 ਜਿਹੜੀ ਜੁਖਰੀ ਵਰਕਸ਼ਾਪ ਬਣਨੀ ਨਾ ਭਾਜੀ, ਉਹ ਵੀ ਇੱਦਾਂ ਬਿਲਕੁਲ ਸੀਲ ਬੰਦ ਕਰਾਂਗੇ, ਬਿਲਕੁਲ ਸੀਲ। ਜਿੱਦਾਂ ਦਾ ਕੰਮ ਹੈ ਨਾ, ਜਿੱਦਾਂ ਦਾ ਕੰਮ ਹੈ ਉਦਾਂ ਦਾ ਵਰਕਸ਼ਾਪ ਦਾ ਕੰਮ ਹੈ। ਆਹ ਤਾਂ ਕੋਈ ਹਾਲ ਬਾਤ ਇਹ ਕੰਮ ਹੀ ਚਲਾ ਦਾ ਆ। ਦੇਖੋ ਇਹ ਵੀਰ ਜੀ ਹੋਣੀ ਇੰਗਲੈਂਡ ਤੋਂ ਇੰਦੇ ਆ। ਓਕੇ, ਇੰਗਲੈਂਡ ਪੱਕੇ ਤੌਰ ਤੇ ਉੱਥੇ ਆ, ਪਰ ਬੜੀ ਸੇਵਾ ਕਰਦੇ ਆ। ਸਪਰੋਟ ਪਿੰਡ ਆ, ਫਗਵਾੜਾ ਤਹਿਸੀਲ ਆ, ਬੜੇ ਕਰਦੇ ਆ ਹੋਰ ਹੀ, ਮੈਨੂੰ ਬੜੇ ਜਾਣੇ ਦੱਸਿਆ ਵੀ ਭਾਈ ਸੇਵਾ ਬਹੁਤ ਕਰਦੇ ਆ, ਸਪੈਸ਼ਲ ਵੇਲਣਾ ਬੜਾ ਤਕੜਾ ਬਣਾਇਆ ਉਹਨਾਂ ਨੇ। ਜਦੋਂ ਅਨੰਦਪੁਰ ਸਾਹਿਬ ਦਾ ਮੇਲਾ ਹੁੰਦਾ ਨਾ, ਰੋਜ਼ ਦੀ ਸੇਵਾ ਕਰਦੀ ਲੈਦਾ ਤੇ ਉਹਨਾਂ ਕੋਲ ਹੋਰ 3700 ਵੀ ਹੈਗਾ। ਇਹ ਵੀ ਟਰੈਕਟਰ ਉਹਨਾਂ ਦਾ, ਉਹਦੇ ਘੱਟੋ ਘੱਟ ਵੀ ਦੇ ਮੈਨੂੰ ਲੱਗਦਾ 2 ਮਹੀਨੇ ਹੋ ਗਏ ਲੱਗੇ ਨੇ, ਤੇ ਜਿਵੇਂ ਲਿਆਦਾ ਉਹ ਲਾਤਾ ਉੱਧਰ ਲਿਆਂਦਾ ਸਿੱਧਾ ਇੱਥੇ ਲੈ ਗਿਆ ਸੀ, ਤੇ ਟਰੈਕਟਰ ਤਾਂ ਰੈਡੀ ਆ, ਉਹ ਖੜਿਆ ਨਹੀਂ, ਮੈਂ ਘਰ ਵੀ ਖੜਿਆ ਸੀ, ਉੱਥੇ ਵੀ ਥੋੜ੍ਹਾ ਘੱਟਾ ਪੈਂਦਾ ਓਪਨ ਸੀ, ਫਿਰ ਮੈਂ ਲਿਆ ਕੇ ਫਿਰ ਇੱਥੇ ਲਾਤਾ, ਧੋਖ ਧਵਾਈ ਕਰਾਂਗੇ ਫਿਰ ਇੱਥੇ ਲਾਤਾ। ਮੈਨੂੰ ਆਪ ਨੂੰ ਵੀ ਚੰਗਾ ਲੱਗਦਾ ਯਾਰ ਘੱਟਾ ਦਿਓ ਟਰੈਕਟਰ ਯਾਰ। ਰੈਲੀ ਪਿੰਡ ਆ ਟਰੈਕਟਰ 2020 ਮਾਡਲ ਹੁਸ਼ਿਆਰਪੁਰ ਦਾ, ਇਹ ਵੀ ਟਰੈਕਟਰ ਸਾਡਾ ਰੈਡੀ ਆ, ਤਿੰਨੇ ਆ ਸਵੇਰੇ ਕੱਢਦੇ ਢੁੱਕੀਆਂ ਇਹਦੀਆਂ, ਚਾਰ ਟਰੈਕਟਰ ਤੇ ਚਾਰ ਸਾਡੇ ਕੋਲ ਇਕੱਠੇ ਹੀ ਆਏ ਆ। ਇਹ ਕਾਪੀ ਤੋਂ ਵੇਖਣਾ ਪੈਣਾ ਕਿਹੜਾ ਪਿੰਡ, ਲਿਖਿਆ ਨਹੀਂ ਉਹਨਾਂ ਨੇ ਲਿਖਿਆ ਨੀ, ਮੈਨੂੰ ਤਾਂ ਲੱਗ ਰਿਹਾ ਜਿੱਦਾਂ ਹੋਲੈਂਡ ਦੀ ਏਜੰਸੀ ਹੈ। ਸਹੀ ਗੱਲ, ਹਜੇ ਇਹਨਾਂ ਲਿਖਿਆ ਨਹੀਂ ਆ ਤੇ ਲਿਖਣਗੇ ਹੁਣ, ਇਹਨੇ ਏਜੰਸੀ ਵੀ ਨਹੀਂ ਖੜੇ ਹੋਣੇ। ਇਹ ਏਰੀਆ ਹੈਗਾ ਮੇਰੇ ਹਿਸਾਬ ਨਾਲ ਸ਼ਾਹਕੋਟ ਏਰੀਆ, ਸ਼ਾਹਕੋਟ ਏਰੀਆ ਵਾ, ਉਸੇ ਦੇ ਟਰੈਕਟਰ ਸ਼ਾਹਕੋਟ ਦੇ, ਚਾਰ ਟਰੈਕਟਰ ਆਏ ਆਪਣੇ ਕੋਲ। ਇਹਨੂੰ ਵੀ ਟਰਬੋ ਟਰਬੋ ਜਿਹੜੀ ਆਪਾਂ ਲਾਤੀ ਸੀ ਰਾਤੀ, ਫਿਰ ਚੈੱਕ ਕੀਤਾ ਬੂਸਟ ਘੱਟ ਹੀ ਉੱਥੇ ਦੋਹਰੇ ਨੂੰ, ਜਿੱਦਾਂ ਮੋਡੀਫਿਕੇਸ਼ਨ ਕਹਿੰਦੇ ਨਾ ਹੁੰਦੀ ਨਹੀਂ ਆ, ਅਤੇ ਫਿਰ ਅੱਜ ਤੁਹਾਨੂੰ ਦੱਸਿਆ ਨਾ ਵੀ ਮੋਡੀਫਾਈ ਕਿੱਦਾਂ ਹੁੰਦੀ ਹੈ, ਮੋਡੀਫਾਈ ਉਹ ਕਰ ਰਹੇ ਸੀ ਥੋੜ੍ਹੀ, ਬੂਸਟ ਘੱਟ ਹੀ ਹੋਵੇ ਵਧਾਵਾਂਗੇ, ਇਹ ਟਰੈਕਟਰ ਵੇਖ ਰਹੇ ਆਪਾਂ ਨਾ। ਅਸੀਂ ਕਹਿੰਦੇ ਸਾਨੂੰ ਦੱਸ ਕਿੱਦਾਂ, ਮੈਂ ਕਿਹਾ ਪੱਲੇ ਇਹ ਗੱਲਾਂ ਦੱਸਣ ਵਾਲੀਆਂ,
सारे फोर बाई फोर इधर एजेंसी आ गई है उपर लिखे सोवा लाइया ना उपर लिखे ये भाइयों के नाल ही आया ट्रैक्टर सारे इकट्ठे ही आए हैं सारे बंबे बना लगे ट्रैक्टर चीका कढ़ा लगे एरिए में ये उदर ट्रैक्टर आस्ते बड़ी मिलू ये ट्रैक्टर बैटर चलेगा काफ़ी जोड़िया ना जिदा का इनकी आवाज ऊंची ही पर चला के देखे अभी मैं जिन्हें ट्रैक्टर आते ना जिन्हें ट्रैक्टर आते हैं इन्ह ट्रैक्टर और जल खोलो ਜਿੰਨੇ ਟੈਕਟਰ ਲਗਾਉਂਦੇ ਆਪਾਂ ਇਹਨਾਂ ਉਹਨਾਂ ਕੰਪਨੀ ਦੇ ਟੈਕਟਰ ਚੈੱਕ ਕਰਦਾ ਆ ਵੀ ਟੈਕਟਰ ਮੋਡਲ ਜੇ ਚਾਰ ਦਿਨ ਨੂੰ ਕਰਕੋ ਮੋਡੀਫਿਕੇਸ਼ਨ ਦੱਸਣ ਦੀ ਲੋੜ ਨਹੀਂ ਹੈ ਇਹ ਜਿਲੇ ਸੁਣਦਾ ਪਿੰਡ ਨਿਕਲਣਾ ਹੈ ਹਾਂਜੀ ਇਹ ਲੱਗਣਾ ਟੈਕਟਰ ਆ ਟੈਕਟਰ ਵੀਰ ਜੀ ਹੋਣੀ ਲਿਆ ਵਰਤੇ ਅਰਜਨ ਲਿਆਓ ਅਰਜਨ ਸਾਡੇ ਕੋਲ ਦੋ ਆਏ ਆ ਇਹ ਸ਼ੀਨਾ ਵਿਧੀ ਚੱਲਦਾ ਸੱਚ ਹਾਂ ਸ਼ੀਨਾ ਬਿਰੀ ਜਾਂਦਾ ਕੌਣ ਕਰਨ ਰਹੀ ਆ ਸਪੈਸ਼ਲ ਐਡੀਸ਼ਨ ਆ ਆਹ ਵੇਖ ਸਕਦੇ ਆਪਾਂ 21 ਵਾਲਾ ਟਰੈਕਟਰ ਆ ਰੈਡੀ ਕਰਤਾ ਵੀ ਓਕੇ ਟਰੈਕਟਰ ਰੈਡੀ ਆ ਟਰਾਈ ਲੈਣੀ ਬਾਕੀ ਬਸ ਸਪੈਸ਼ਲ ਐਡੀਸ਼ਨ ਇਧਰ ਹੈਪੀ ਸ਼ੀਨਾ ਟਰੈਕਟਰ ਅੰਦਰ ਹਾਂਜੀ ਤੇਰਾ ਧਿਆਨ ਕਿੱਥੇ ਆ ਮੈਂ ਕਾਫੀ ਜਾ ਰਿਹਾ ਸਪੈਸ਼ਲ ਐਡੀਸ਼ਨ ਆ ਕਈ ਵਾਰ ਬੰਦਾ ਕਹਿ ਦਿੰਦਾ ਯਾਰ ਉੱਦਾਂ ਹੀ ਬੁਲੇਹਤਾ ਗਾੜੀ 21 ਮਾਡਲ 22 ਮਾਡਲ 23 ਮਾਡਲ 21 ਵੀ ਲਾਸਟ ਦਾ ਰੈਡੀ ਆ ਟਰੈਕਟਰ ਇਹ ਆਰਤੀਆ ਸਾਹਿਬ ਦਾ ਪਹਿਲਾਂ ਵੀ ਟਰੈਕਟਰ ਕਰਕੇ ਘਲਾਇਆ ਉਹਨਾਂ ਦੇ ਬਿਲਕੁਲ ਰੈਲਟਿਵ ਜਿਹਨਾਂ ਦਾ ਟਰੈਕਟਰ ਹੈ ਇਹ ਮੈਟ ਕਰਕੇ ਘਲਾਇਆ ਜੋ ਉਹਨਾਂ ਦਾ ਫੋਨ ਆਉਂਦਾ ਕਹਿੰਦਾ 18 ਲੀਟਰ ਤੇਲ ਘੱਟ ਖਾਂਦਾ ਭਾਅ ਜੀ ਉੱਦਾਂ ਦਾ ਅਤੇ ਕੰਮ ਵੱਧ ਕਰਦਾ ਅਤੇ ਇਹ ਟਰਾਲੀ ਫਲਾਣੇ ਨੇ ਨਹੀਂ ਖਿੱਚੀ ਅਤੇ ਇਹਨੇ ਖਿੱਚ ਲਿਆਂਦੀ ਇਹ ਟਰੈਕਟਰ ਹੈਗਾ ਖੈੜੀ ਨੋਧ ਸਿੰਘ ਵਾਲਾ ਖੈੜੀ ਵਾਲਾ ਫਤਿਹਗੜ੍ਹ ਸਾਹਿਬ ਖਮਾਣੋ ਸਾਹਿਬ 2013 ਮਾਡਲ ਮੇਰੇ ਤਾਂ ਘਾਟਾ ਜ਼ਿਆਦਾ ਦੂਰ ਦੇ ਆ ਨਹੀਂ ਭਾਜੀ ਸਾਰੇ ਕਰਦੇ ਆ ਜਿਹੜੇ ਲਿਖਾ ਰਹੇ ਆ ਫੋਨ ਕੀਤੇ ਆ ਇਹਨਾਂ ਦੀ ਹੁਣ ਆਇਆ 52 ਦੱਸ ਗਿਆ ਹੁਣੇ ਜੇ ਤੁਹਾਡੇ ਗੜੀ ਗੜੀ ਪੁੱਟ ਭਈ ਪਿੰਡ ਦਾ ਆਪਣੇ ਦਾ ਇੱਥੋਂ ਮਹਾ 3 ਕਿਲੋਮੀਟਰ ਦੀ ਗੱਲ ਆ ਤੇ 2023 ਮਾਡਲ ਤੇ ਟਰੈਕਟਰ ਹੀ ਉਹ 50 ਘੰਟੇ ਚੱਲਿਆ ਆਪਣੇ ਕੋ ਆਇਆ ਤੇ ਇਹ ਤੁਹਾਡੇ ਅੰਦਰ ਦੀ ਜਿਹੜੇ ਆ ਔਰ ਇਹ ਟਰੈਕਟਰ ਲਿਆ ਇੱਧਰ ਕਾਪੀ ਤੇ ਜੇ ਲਿਖਣਾ ਬਾਕੀ ਉਹ ਟਰੈਕਟਰ ਦੂਜੀ ਕਾਪੀ ਫੜੇ ਨਿੱਕੀ ਇਹ ਡਿਟੇਲ ਕਿਉਂ ਦੇਣੀ ਪੈਂਦੀ ਆ ਸਾਰੇ ਭਰਾਵਾਂ ਨੂੰ ਪਤਾ ਲੱਗੂ ਕਿਹੜੀ ਏਰੀਆ ਦੇ ਵਿੱਚ ਕਾਪੀ ਅੱਗੇ ਜਿਹੜੀ ਲਿਆਂਦੀ ਉਹ ਵੀ ਲਿਆ ਤੇ ਜਿੱਥੇ ਆਪਾਂ ਟਰੈਕਟਰ ਲਿਆ ਉਹ ਵੀ ਲਿਆ ਹਾਂਜੀ
ਮੈਂ ਸੁਮਨ ਭਾਜੀ ਨੂੰ ਪੁੱਛਣ ਡਿਆ ਵੀ ਆਪਣੀ ਜਨਮ ਦੇ ਨਾਲ ਇਹ ਵੀ ਚੀਜ਼ ਲੱਗ ਰਹੀ ਹੈ ਕਿਹੜੀ ਹਾਂਜੀ ਭਾਜੀ ਸਭ ਤੋਂ ਦਿਨੇ ਤੁਹਾਨੂੰ ਟੈਂਸ਼ਨ ਬਣਾ ਲਈ ਬਾਜ ਬੰਦ ਹੋ ਜਾਣੀ ਉਹਦੀ ਹੁਣ चुरंजा जीरो ट्रैक्टर एक तिरवंजा दस छत्ती तीह है जरा अंदर लगा ठीक है शाहकोर कोट एरिया पिंड चक चेला बाकी पिंड भी लागे लागे जो डिटेल दसागे और ड्यूज फार भी है ट्रैक्टर सब तो घट उ चलिया लगता कई तरह भरावान ने कहना टाइम खराब कर दिया किन्ना टाइम ला दिता पहला लिख के रखना चाहिए चाहिए पहला ही लिख के रखना की करिए कापी लाइनी पी फिर भी लड़नी पी अच्छा रामगढ़ तपा बरनाले का ट्रैक्टर आ गया ट्रैक्टर है ना अभी ये भी मॉडिफिकेशन कर रहे हैं ठीक है सत्ती सौ टू आ सत दो एक होर ट्रैक्टर घर लगे जे भाई का केरा मलोट उत्थे दा भी ट्रैक्टर सत्ती सौ टू 2012 हाँ मुक्तसर साहब का भाई के केरा के दो ट्रैक्टर आए सत्ती सौ टू 2016 10 सीना बिधी चंग चंद का हो गया तो हरियाणे का तुम मुखालता अगे ਇਹ 60-55-60-65 ਉਹ ਵੀ ਘਰ ਲੱਗੇ ਭਾਅ ਜੀ ਫਾਰਮ ਟਰੈਕ ਆ ਤੋਂ ਕਾਪੀ ਦੇ 60-55-60-65 ਫੋਰ ਵੀਲ ਡਰਾਈਵਰ ਕੁੱਲ ਮਿਲਾ ਕੇ ਦੇਖੀ ਤੇ ਇਸ ਵੇਲੇ 50 ਟਰੈਕਟਰ ਜਿਹੜੇ ਆ ਉਹ 50 ਟਰੈਕਟਰ ਨਹੀਂ ਹੈਗੇ ਮੈਂ ਤੁਹਾਨੂੰ ਝੂਠ ਮਾਰਾਂ 35 ਟਰੈਕਟਰ ਹੈਗੇ 35-55 ਦੋ ਆ ਡਿੱਗੀ ਟਰੈਕ ਇੱਕ ਆ ਤੇ 655 ਵੀ ਘਰੇ ਲੱਗੇ ਜਿਹੜੇ 4x4 ਹੀ ਆ ਭਾਈ ਸਾਰੇ ਤੇ ਦੇਖੋ ਵੀ 35 ਟਰੈਕਟਰ ਲੱਗੇ ਆ 35 ਟਰੈਕਟਰ ਨੂੰ ਰੈਡੀ ਕਰਨ ਲਈ ਸਮਾਂ ਕਿੰਨਾ ਚਾਹੀਦਾ ਭਾਈ ਫਿਰ ਟਾਈਮ ਤਾਂ ਲੱਗਦਾ ਆ ਸਾਰੀ ਡਿਟੇਲ ਜਿਹੜੀ ਤਾਂ ਦੇਖੀ ਤੇ ਇਹ ਤੋਂ ਬਾਅਦ ਹੁਣ ਅਗਲਾ ਬੈਚ ਹੁਣ ਚੱਲੂ ਜਿੰਨਾ ਦੀ ਵਾਰੀ ਉਹਨਾਂ ਦਾ ਨੰਬਰ ਲਿਖਾਇਆ ਜਾਊਗਾ ਉਹਨਾਂ ਨੇ ਕਿਹਾ ਆਪ ਤੇਰੇ ਵੀਰਾਂ ਨੇ ਦੇ ਤੁਹਾਨੂੰ ਦੱਸਾਂ ਸਾਡਾ 53 ਦਾ ਸਾ ਨਾ ਇਹ ਬੰਦਾ ਵਿਚਾਰਾ ਫੇਰੀ ਵਾਰੀ ਇੱਥੇ ਆਇਆ ਆਪਣੇ ਕੋਲ ਇਹ ਵੀਰ ਹੈਗਾ ਟੈਕਟਰ ਕਿਹੜੀ ਹਾਂ ਇਹ ਹੈਗਾ ਫਰੀਦਕੋਟ ਏਰੀਆ ਇਹਦਾ ਪਿੰਡ ਦੀ ਡਿਟੇਲ ਵੀ ਦੇਵਾਂਗੇ ਸਾਰੀ ਅੱਜ ਦੀ ਡਿਟੇਲ 'ਚ ਨਾ ਦਿੱਤੀ ਗਈ ਕਿਉਂਕਿ ਮੈਂ ਥੋੜ੍ਹਾ ਠੀਕ ਨਹੀਂ 2-4 ਦਿਨ ਤੋਂ ਹੁਣ ਮੈਂ ਫਿਰ ਕਰੀ ਜਾਣਾ ਲਿਖਾਈ ਕਰ ਦੇਣੀ ਸਾਰੀ ਇਹ ਟੈਕਟਰ ਪੰਪ ਹੀ ਮੋਡੀਫਾਈ ਹੋਇਆ ਔਰ ਇਹ ਟੈਕਟ ਦੀ ਅੱਜ ਮੈਂ ਵੀਡੀਓ ਵੀ ਲੋਡ ਕੀਤੀ ਆ ਗਾਜ਼ੀਆਬਾਦ ਵਾਲੇ ਟੈਕਟਰ ਦੇ ਨਾਲ ਇਹ ਸਾਰੇ ਟੈਕਟਰ ਗਾਜ਼ੀਆਬਾਦ ਦੇ ਟੈਕਟਰ ਨਾਲ ਚੱਲੇ ਆ ਜਿੰਨੇ ਵੀ ਆਪਾਂ ਦੇਖ ਰਹੇ ਹਾਂ ਬਾਕੀ ਚਲੋ ਤੁਸੀਂ ਆਏ ਜੀ ਇਹ ਤਾਂ ਡਿਟੇਲ ਦਿੱਤੀ ਹੈ ਇੱਦਾਂ ਦੀ ਡਿਟੇਲ ਸਾਨੂੰ ਤਾਂ ਪਤਾ ਨਹੀਂ ਹੈ ਜਾ ਕੇ ਵੀਡੀਓ ਚਲਾਈ ਜਾਂਦੇ ਆਏ ਸਾਡੇ ਕੋਲ ਪ੍ਰੋਫੈਸ਼ਨਲ ਜਿਹਾ ਨਹੀਂ ਨਾ ਕੰਮ ਹੈਗਾ ਇੱਦਾਂ ਉਹ ਇੱਦਾਂ ਕਰ ਦਿੰਦੇ ਇੱਦਾਂ ਲੱਗੇ ਆ ਇਹਦੇ ਛਾਲਾਂ ਵੀ ਮਾਰ ਦਿੰਦੇ ਇੱਥੋਂ ਕਈ ਭਰਾ ਵੀਡੀਓ ਜੇ ਵੀ ਕਹਿੰਦੇ ਵੀ ਇਹਦੀਆਂ ਲੱਤਾਂ ਟੁੱਟ ਜਾਣੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਲੱਤਾਂ ਟੁੱਟਦੀਆਂ ਕਿਉਂ ਨਹੀਂ ਆ ਇਕੱਲਾ ਸਾਗ ਖਾਈ ਜਾਓ ਖਿਚੜੀ ਖਾਈ ਜਾਓ ਹੈ ਨਾ ਬਾਤੂ ਖਾ ਕੇ ਤੁਹਾਨੂੰ ਚੱਲ ਉਹਦੇ ਬਾਅਦ ਉਹਦੀ ਕੇਅਰ ਕਰਨ ਵਾਸਤੇ ਸਾਡੇ ਨੇ ਜਿਮ ਦੇ ਮੇਰੇ ਭਰਾ ਮੇਰੇ ਨਾਲ ਆ ਬਿਲਕੁਲ ਅਤੇ ਜਿਹੜੀ ਮੈਡੀਸਨ ਇੱਦਾਂ ਦੀ ਖਵਾਉਂਦੇ ਆ ਅਤੇ ਇੰਜੈਕਸ਼ਨ ਇੱਦਾਂ ਦੇ ਲਾਉਂਦੇ ਆ ਵੀ ਭਾਵੇਂ ਕੰਧ ਨੂੰ ਲੱਤਾਂ ਮਾਰੀਆਂ ਤਾਂ ਨਹੀਂ ਟੁੱਟਦੀਆਂ ਅਸੀਂ ਤਾਂ ਮਾਰਦੇ ਹਾਂ ਜੇ ਮਿੱਟੀ 'ਚੋਂ ਇਹ ਸਾਡਾ ਗਰੂਰ ਨਹੀਂ ਆ ਇਹ ਸਾਡੇ 'ਚ ਗਰੂਰ ਨਹੀਂ ਬੋਲਦਾ ਵੀ ਸਾਡੀ ਲੱਤ ਨਹੀਂ ਟੁੱਟਦੀ ਟੁੱਟ ਵੀ ਸਕਦੀ ਆ ਕਿਉਂਕਿ ਤੁਹਾਡੀਆਂ ਦਵਾਵਾਂ ਜਿਹੜੀਆਂ ਕੰਮ ਵੀ ਕਰ ਸਕਦੀਆਂ ਕਿਉਂ ਮੇਰਾ ਵੀਰ ਆਇਆ ਉਹ ਮੈਨੂੰ ਦੱਸਣ ਡਿਆ ਵੀ ਉਹ ਕੋਈ ਸੱਜਣੀ ਉਹਦਾ ਮੈਂ ਕਹਿੰਦਾ ਕਹਿੰਦਾ ਜੱਗੇ 'ਚ ਲੱਤਾਂ ਟੁੱਟ ਜਾਣੀਆਂ ਕਿਸੇ ਦਿਨ ਨਾ ਮੈਂ ਤੂੰ ਜੱਗੇ ਕਹਿੰਦਾ ਨਾ ਤੂੰ ਜੱਗੇ ਨੂੰ ਮਿਲਿਆ ਨਾ ਤੈਨੂੰ ਜੱਗੇ ਬਾਰੇ ਪਤਾ ਸੀ ਲੱਤਾਂ ਕਿੱਦਾਂ ਟੁੱਟ ਜਾਣੀਆਂ ਇੰਨਾ ਬੜਾ ਭਾਈ ਨਾ ਤੇ ਵੇਖੋ ਤੁਸੀਂ ਆਪਣੀ ਸਰੀਰ ਦੀ ਕੇਅਰ ਕਰੋਗੇ ਉਹ ਵੀ ਸਾਡੇ ਭਰਾ ਗਏ ਕਿਉਂਕਿ ਕਬੱਡੀ ਖੇਡੀ ਤਾਂ ਨਹੀਂ ਮੈਂ ਬਾਲੀ ਹੈਗੀ ਪਰ ਭਰਾਵਾਂ ਦੇ ਨਾਲ ਖਿਡਾਈ ਬਹੁਤ ਆ ਬਹੁਤ ਚਿਰ ਕਬੱਡੀ ਖਿਡਾਈ ਆ ਅੱਜ ਵੀ ਮੈਂ ਕਬੱਡੀ ਸਟਾਰ ਨੂੰ ਸਭ ਤੋਂ ਵੱਧ ਰਿਸਪੈਕਟ ਦਿੰਦਾ ਪਿਆਰ ਦਿੰਦਾ ਕਿਤੇ ਧੌਲਾਂ ਵੱਜਦੀਆਂ ਵੇਖੀਆਂ ਹੁਣ ਨਾ ਸਿੱਧੂ ਮੂਸੇ ਵਾਲੇ ਨੇ ਗਾਣੇ ਗਾਇਆ ਇੱਕ ਨੇ ਵੀ
ਕਿੱਦਾਂ ਕਰਕੇ ਧੌਲ ਵਧੀਆ ਨੂੰ ਗਾਣੇ ਬੋਲ ਜਾਂਦੇ ਨੇ ਗਰਾਊਂਡ 'ਚ ਮੈਚ ਫੜ ਕੇ ਬਾਈ ਗਾਣਾ ਗਾਇਆ ਹੈ ਨਾ ਕਿੱਥੇ ਕੱਪ ਹੁੰਦਾ ਵੇਖ ਬੰਦੀਏ ਹਾਂ ਬੋਲਿਆ ਨਾ ਬਹੁਤ ਵਧੀਆ ਧੌਲਾਂ ਸਿੱਧੀਆਂ ਮਾਰਦੇ ਆ ਕਬੱਡੀ ਸ਼ਿਕਾਰ ਜਿਹੜੇ ਹੁੰਦੇ ਆ ਅਤੇ ਜਦੋਂ ਉਹ ਖੁਰਾਕਾਂ ਕੋਈ ਆਮ ਬੰਦਾ ਖਾਂਦਾ ਤਾਂ ਉਹਦੀ ਕੰਧ ਨੂੰ ਲੱਤਾਂ ਮਾਰ ਸਕਦਾ ਠੀਕ ਹੈ ਜਿਹੜੇ ਇਨਸਾਨ ਦੀਆਂ ਖੁਦ ਦਾ ਭਾਰ ਲੱਤਾਂ ਨਹੀਂ ਨਾ ਚੱਲਦੀਆਂ ਉਹ ਇਨਸਾਨ ਹੀ ਜ਼ਿੰਦਗੀ 'ਚ ਕੋਈ ਕਰ ਸਕਦਾ ਇਹ ਕਰਕੇ ਆਪਣੀਆਂ ਲੱਤਾਂ ਨੂੰ ਚੈੱਕ ਕਰਦੇ ਰਹੋ ਥੋੜ੍ਹਾ ਥੋੜ੍ਹੇ ਟਾਈਮ ਬਾਅਦ ਵੀ ਉਹ ਭਾਰ ਚੱਲਦੀਆਂ ਕਿ ਨਹੀਂ ਚੱਲਦੀਆਂ ਪ੍ਰੈਕਟਿਸ ਕਰੋ ਅਤੇ ਪ੍ਰੋਪਰ ਡਾਇਟ ਲਓ ਤੁਹਾਡੀਆਂ ਲੱਤਾਂ ਬਾਹਾਂ ਕਦੀ ਨਹੀਂ ਟੁੱਟ ਸਕਦੀਆਂ ਇਹ ਮੇਰੀ ਗਰੰਟੀ ਹੈ ਕਿਉਂਕਿ ਰਣਜੀਤ ਭਾਅ ਜੀ ਜੇ ਤੁਸੀਂ ਹੁਣ ਵੇਖੋ ਨਾ ਤੇ ਸਾਡੇ ਚ ਹੰਕਾਰ ਆ ਠੀਕ ਹੈ ਨਾ ਭਾਜੀ ਨਾ ਸਾਡੇ ਚ ਕੋਈ ਹਵਾ ਵਾ ਆਪਾਂ ਤੇ ਨੋਰਮਲ ਜੀ ਗੱਲਾਂ ਕਰਨ ਦੇ ਤੁਹਾਡੇ ਨਾ ਫੁਗਰੀ ਨਾ ਫੁਗਰੀ ਦਾ ਫੁਗਰੇ ਕਹਿ ਸਕਦੇ ਜੀ ਫੁਗਰੇ ਤੁਸੀਂ ਕਹਿ ਸਕਦੇ ਜੀ ਉਹ ਕਿਉਂ ਕਹਿ ਸਕਦੇ ਜੀ ਕਿਉਂਕਿ ਯਾਰ ਤੁਹਾਡੇ ਹੱਥ ਫੋਨ ਕੋਈ ਕਮੈਂਟ ਹੀ ਲਿਖਣਾ ਵੀ ਲਿਖ ਸਕਦੇ ਜੀ ਪਰਮਾਤਮਾ ਦੀ ਦੇਣ ਥੋੜਾ ਦੁਨੀਆਂ ਦੇ ਸਾਰੀ ਉਮਰ ਹੀ ਨਾ ਭਰਾਵਾ ਕੋਈ ਗਲਤੀ ਹੋਈ ਹੋਵੇ ਕੋਈ ਲਫ਼ਜ਼ ਗਲਤ ਬੋਲਿਆ ਗਿਆ ਮਾਫ਼ੀ ਦੇ ਹੱਕਦਾਰ ਹੈ ਠੀਕ ਹੈ ਸਰ ਓਕੇ ਥੈਂਕ ਯੂ